ਲੋ ਜੀ, ਪਿੰਡ ਅਜੇ ਵਸਿਆ ਨਹੀਂ ਤੋ ਲੁਟੇਰੇ ਪਹਿਲਾਂ ਆ ਗਏ ਆ। ਇਹਦਾ ਮਤਲਬ ਹੈ ਕਿ ਅਜੇ ਅਸੀਂ ਮੱਕੀ ਲਾ ਕੇ ਵਿਚਾਰੇ ਹਟੇ ਆ ਤੇ ਸੁੰਡੀਆਂ ਪਹਿਲਾਂ ਆ ਗਈਆਂ ਨੇ। ਦੋ ਸੁੰਡੀਆਂ ਆ ਗਈਆਂ ਜੀ ਮੱਕੀ ਦੇ ਵਿੱਚ, ਇੱਕ ਆ ਰਹੀ ਹੈ ਸਟੈਮ ਬੋਰਰ ਤੇ ਇੱਕ ਆ ਰਹੀ ਹੈ ਸ਼ੂਟ ਬੋਰਰ, ਤਨਾ ਛੇਦਕ ਤੇ ਗੋਬ ਦੀ ਸੁੰਡੀ। ਆਪਾਂ ਰੈਗੂਲਰਲੀ ਰੋਜ਼ ਆ ਕੇ ਇਹਨੂੰ ਦੇਖਦੇ ਆ ਕਿ ਕਿਤੇ ਸੁੰਡੀ ਦਾ ਅਟੈਕ ਨਹੀਂ ਆਇਆ। ਤੇ ਇੱਕ ਚੀਜ਼ ਅਸੀਂ ਅੱਜ ਨੋਟ ਕੀਤੀ ਹੈ, ਮੈਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਸਾਰੀਆਂ ਚੀਜ਼ਾਂ ਦੱਸਾਂਗੀ, ਮੱਕੀ ਵੀ ਵਿਖਾਵਾਂਗੀ ਤੇ ਨਾਲ ਜਿਹੜੀਆਂ ਸਪਰੇਆਂ ਅਸੀਂ ਕਰਦੇ ਪਏ ਆ ਉਹਨਾਂ ਦੀ ਵੀ ਵੀਡੀਓ ਮੈਂ ਤੁਹਾਡੀ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੀ। ਬਹੁਤੀਆਂ ਮਹਿੰਗੀਆਂ ਸਪਰੇਆਂ ਅਸੀਂ ਨਹੀਂ ਕਰਦੇ ਆਪਣੀ ਮੱਕੀ ਨੂੰ, ਨੋਰਮਲ ਜਿਹੀਆਂ ਸਪਰੇਆਂ ਕਰਦੇ ਆ ਪਰ ਇੱਕ ਵਧੀਆ ਬ੍ਰਾਂਡ ਦੀਆਂ ਕਰਦੇ ਆ। ਤੇ ਹੁਣ ਕੀ ਹੈ ਕਿ ਸਾਨੂੰ ਡਰ ਸੀ ਕਿ ਫਾਲ ਆਰਮੀ ਵਰਮ ਦਾ, ਪਰ ਬਾਬਾ ਜੀ ਦੀ ਅਸਥਾ ਕਿਰਪਾ ਫਾਲ ਆਰਮੀ ਵਰਮ ਅਜੇ ਤੱਕ ਨਹੀਂ ਆਈ, ਇਹ ਦੋਨੇ ਆਈਆਂ ਨੇ। ਤੇ ਜਿਹੜੀ ਚੀਜ਼ ਅਸੀਂ ਨੋਟ ਕੀਤੀ ਹੈ ਉਹ ਨੋਟ ਕੀਤੀ ਹੈ ਕਿ ਜਿਹੜੀ 9108 ਹੈ ਪਲੱਸ, ਉਹਨੂੰ ਸੁੰਡੀ ਲੇਟ ਪਈ ਹੈ ਤੇ ਜਿਹੜੀ 9108 ਸਿੰਪਲ ਆ ਉਹਨੂੰ ਸੁੰਡੀ ਨੇ ਛੇਤੀ ਫੜਿਆ। ਮਤਲਬ ਕਿ ਜਿਹੜੀ ਪਲੱਸ ਹੈ ਨਾ ਉਹਦਾ ਥੋੜਾ ਪ੍ਰੋਟੈਕਸ਼ਨ ਪਾਵਰ ਜ਼ਿਆਦਾ ਹੈ, ਉਹ ਜ਼ਿਆਦਾ ਟਾਈਮ ਕੱਢਦੀ ਹੈ ਸੁੰਡੀ ਤੋਂ ਬਚੀ ਰਹਿੰਦੀ ਹੈ ਜ਼ਿਆਦਾ ਟਾਈਮ ਤੱਕ ਸਿੰਪਲ 9108 ਦੇ ਮੁਕਾਬਲੇ। ਤੇ ਅੱਗੇ ਆਪਾਂ ਵੀਡੀਓ ਦੇ ਵਿੱਚ ਜਾਵਾਂਗੇ ਖੇਤ ਦੇ ਵਿੱਚ, ਮੈਂ ਤੁਹਾਡੇ ਨਾਲ ਸਾਰੀ ਗੱਲਾਂ ਸ਼ੇਅਰ ਕਰਾਂਗੀ। ਤੇ ਅਜੇ ਛੋਟੀ ਜੀ ਹੈ ਵਿਚਾਰੀ, ਮਸਾ ਜੇ ਪੱਤੇ ਵਿਚਾਰੇ ਦੇ ਬਾਹਰ ਨਿਕਲਿਆ ਤੇ ਪੈਂਦੇ ਸੁੰਡੀ ਨੇ ਅਟੈਕ ਕਰ ਦਿੱਤਾ। ਇਹ ਅੱਜ ਕੱਲ ਪੈਸਟ ਬਹੁਤ ਜ਼ਿਆਦਾ ਹੋ ਗਿਆ, ਇਨਸੈਕਟਸ ਪੈਸਟ ਇਹ ਸਾਰੇ ਅਟੈਕ ਕਰਦੇ ਰਹਿੰਦੇ ਆ। ਤੇ ਫਾਲ ਆਰਮੀ ਵਰਮ ਉੱਤੇ ਵੀ ਜੇ ਮੰਨ ਲਓ ਤੁਹਾਡੇ ਆਂਦੀ ਵੀ ਹੈਗੀ ਹੈ ਤੇ ਦੱਸ ਦਿਓ ਪਲੀਜ਼, ਜਿਨ੍ਹਾਂ ਨੇ ਮੱਕੀ ਬੀਜੀ ਹੈ ਕਿ ਕਿੰਨਾ ਕਿੰਨਾ ਦੇ ਕਿਹੜੀ ਕਿਹੜੀ ਸੁੰਡੀ ਦਾ ਅਟੈਕ ਆਇਆ, ਫਿਰ ਥੋੜੀ ਨਾ ਪਤਾ ਲੱਗਦਾ ਰਹਿੰਦਾ ਕਿਹੜੀਆਂ ਵਧੀਆ ਮੈਡੀਸਿਨਸ ਨੇ, ਇਨਸੈਕਟੀਸਾਈਡ ਪੈਸਟੀਸਾਈਡਸ ਕਿਹੜੇ ਵਧੀਆ ਨੇ ਤੇ ਰਿਜ਼ਲਟ ਕਿਦਾ ਕਿਵੇਂ ਦਾ। ਤੇ ਤੁਸੀਂ ਪਲੀਜ਼ ਥੱਲੇ ਕਮੈਂਟ ਦੇ ਵਿੱਚ ਸ਼ੇਅਰ ਕਰ ਦਿਓ ਤੇ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰ ਹੀ ਦੇਵਾਂਗੀ ਜਿਹੜੀ ਦਵਾਈਆਂ ਅਸੀਂ ਵਰਤ ਰਹੇ ਹਾਂ। ਤੇ ਛੋਟੀ ਮੱਕੀ ਨੂੰ ਪਹਿਲਾਂ ਅਟੈਕ ਕਰ ਦਿੰਦੀਆਂ ਨੇ ਕਿ ਸਟੈਮ ਬੋਰਰ ਤੇ ਸ਼ੂਟ ਬੋਰਰ। ਜਦੋਂ ਵੀ ਫਾਲ ਆਰਮੀ ਵਰਮ ਅਟੈਕ ਕਰਦੀ ਹੈ, ਮੰਨ ਲਓ ਤੁਸੀਂ ਮਹਿੰਗੀ ਤੋਂ ਮਹਿੰਗੀ ਦਵਾਈ ਵੀ ਕੋਰਾਸਿਨ ਵਗੈਰਾ ਮੇਰੇ ਲਈ ਪਾਉਂਦੇ ਨੇ ਸਾਰੇ, ਕਲੋਟ੍ਰੈਨੀਪਿਰੋਲ ਸਾਲਟ ਹੁੰਦਾ ਇਹਦਾ ਸ਼ਾਇਦ, ਤੇ ਉਹਦੇ ਵਿੱਚ ਕੀ ਹੈ ਕਿ ਇਹਦਾ ਤੁਸੀਂ ਕੋਰਾਜਿਨ ਵੀ ਕਰ ਲੋਗੇ ਨਾ ਉਹਦਾ ਵੀ ਪ੍ਰੋਟੈਕਸ਼ਨ 20 ਤੋਂ 25 ਦਿਨ ਹੀ ਹੈ, ਉਸ ਤੋਂ ਬਾਅਦ ਫਾਲ ਆਰਮੀ ਵਰਮ ਫਿਰ ਵਾਪਿਸ ਆ ਜਾਂਦੀ ਹੈ। ਤੇ ਇੰਨਾ ਕੀ ਹੁੰਦਾ, ਇਸੇ ਕਰਕੇ ਇੰਨਾ ਜ਼ਿਆਦਾ ਖਰਚਾ ਕਰਨ ਤੋਂ ਬਚਿਆ ਕਰੋ, ਨੋਰਮਲ ਜਿਹੀਆਂ ਦਵਾਈਆਂ ਯੂਜ਼ ਕਰੋ, ਕੰਟਰੋਲ ਹੋ ਜਾਂਦੀਆਂ ਨੇ। ਨੋਰਮਲ ਦਵਾਈਆਂ ਦੀ ਵੀ ਓਨੇ ਚਿਰ ਤੱਕ ਹੀ ਪ੍ਰੋਟੈਕਸ਼ਨ ਰਹਿੰਦੀ ਹੈ ਜਿੰਨੀ ਦੇਰ ਤੱਕ ਕੋਰਾਜਿਨ ਵਗੈਰਾ ਦੀ ਰਹਿੰਦੀ ਹੈ। ਆਪਾਂ ਸਾਰੀਆਂ ਟਰਾਈ ਕਰ ਕਰਕੇ ਵੇਖ ਲਿਆ, ਇਸੇ ਕਰਕੇ ਅਸੀਂ ਹੁਣ ਇਹੀ ਲਾਸਟ ਦੇ ਉੱਤੇ ਪਹੁੰਚਿਆ ਕਿ ਇਹ ਦਵਾਈਆਂ ਬੈਸਟ ਨੇ, ਇੰਨਾ ਨਾ ਕੰਟਰੋਲ ਹੋ ਜਾਂਦੀ ਹੈ। ਚਲੋ ਫਿਰ ਅੱਗੇ ਚੱਲਦੇ ਹਾਂ, ਆਪਾਂ ਖੇਤ ਦੇ ਵਿੱਚ ਵੇਖਦੇ ਹਾਂ ਕੀ ਹਾਲ ਹੈ ਮੱਕੀ ਦਾ ਤੇ ਕਿਹੜੀਆਂ ਸਪਰੇਆਂ ਅਸੀਂ ਚੂਜ਼ ਕੀਤੀਆਂ ਇਸ ਵਾਰੀ ਮੱਕੀ ਨੂੰ ਕਰਨ ਵਾਸਤੇ। ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਇੱਕ ਵਾਰੀ ਥੱਲੇ ਸਬਸਕ੍ਰਾਈਬ ਦਾ ਬਟਨ ਆ ਉਹ ਪ੍ਰੈਸ ਕਰ ਲਿਓ ਤੇ ਲਾਈਕ ਜ਼ਰੂਰ ਕਰ ਦਿਓ। ਚਲੋ ਜੀ ਫਿਰ ਮੱਕੀ ਦੇਖਦੇ ਹਾਂ, ਮੱਕੀ ਜਿਨ੍ਹਾਂ ਦੇ ਵਿੱਚ ਤੇ ਸਪਰੇਅ ਹੋ ਚੁੱਕੀ ਹੈ ਉਹਨਾਂ ਨੂੰ ਅਸੀਂ ਪਾਣੀ ਲਗਾਉਣਾ ਸ਼ੁਰੂ ਕਰ ਦਿੱਤਾ। ਤੇ ਉਹ ਜਸਰਾਜ ਸਿੰਘ ਜੀ ਮੱਕੀ ਦੀ ਮੁਆਇਨਾ ਕਰ ਰਹੇ ਨੇ ਹੁਣ, ਇੰਸਪੈਕਸ਼ਨ 2 ਟਾਈਮ ਆਉਂਦੇ ਨੇ ਹੁਣ ਸਰਦਾਰ ਸਾਹਿਬ, ਦੇਖਣ ਕਿ ਮੱਕੀ ਦਾ ਤਾਂ ਨਹੀਂ ਆਇਆ, ਮੱਕੀ ਨੂੰ ਸੁੰਡੀ ਦਾ ਤਾਂ ਨਹੀਂ ਅਟੈਕ ਆਇਆ। ਸਭ ਤੋਂ ਪਹਿਲਾਂ ਇਹਨੇ ਨੋਟਿਸ ਕੀਤਾ ਸੀ, ਤੇ ਇੱਕ ਤਾਂ ਹੈ ਛੋਟਾ ਜਿਹਾ, ਥੱਲੇ ਥੱਲੇ ਇਹਨੂੰ ਸੁੰਡੀ ਸਭ ਤੋਂ ਪਹਿਲਾਂ ਲੱਭ ਜਾਂਦੀ ਹੈ। ਇਹ ਵਧੀਆ ਬੱਚਾ ਤੁਹਾਡੇ ਬਿਜ਼ਨਸ ਦੇ ਵਿੱਚ ਇੰਟਰਸਟ ਲੈਂਦਾ ਹੈ ਤਾਂ ਉਹ ਸਭ ਤੋਂ ਵਧੀਆ ਗੱਲ ਹੈ। ਅਤੇ ਬਾਕੀ ਅਜੇ ਠੀਕ ਹੈ, ਜਿਹੜੀ ਤੁਸੀਂ ਸਪੇਸ ਦੇਖ ਰਹੇ ਹੋ ਨਾ, ਇਹਨਾਂ ਜਗ੍ਹਾ ਦੇ ਉੱਤੇ ਬੂਟੇ ਸੁੱਕੇ ਸੀ, ਹੁਣ ਜਦੋਂ ਆਪਾਂ ਬੀ ਪਾ ਦੇਵਾਂਗੇ ਤਾਂ ਦੁਬਾਰਾ ਉੱਗ ਜਾਏਗਾ ਜਿੱਥੇ ਜਿੱਥੇ ਵੀ ਕਿਤੇ ਕਿਤੇ ਬੂਟਾ ਸੁੱਕ ਗਿਆ ਹੈ। ਅਤੇ ਬਾਕੀ ਸਾਰੀ ਅਜੇ ਤੱਕ ਠੀਕ ਹੈ, ਇੰਨਾ ਜ਼ਿਆਦਾ ਅਟੈਕ ਨਹੀਂ, ਆਪਾਂ ਟਾਈਮ ਦੇ ਉੱਤੇ ਇਹਨੂੰ ਫੜ ਲਿਆ ਅਤੇ ਸਪਰੇਆਂ ਹੋਣੀਆਂ ਸਟਾਰਟ ਹੋ ਗਈਆਂ। ਚਲੋ ਜੀ, ਤੂਤਾਂ ਦੀਆਂ ਬੈਰੀਸ, ਇਹ ਥੋੜ੍ਹਾ ਨਾ ਪੁਰਾਣੇ ਜ਼ਮਾਨੇ ਦੀਆਂ ਯਾਦ ਆ ਜਾਂਦੀਆਂ ਹੁੰਦੀਆਂ ਨੇ, ਪੁਰਾਣੀਆਂ ਯਾਦਾਂ ਸਾਡੇ ਬਜ਼ੁਰਗਾਂ ਦੀਆਂ, ਪਹਿਲਾਂ ਬਹੁਤ ਹੁੰਦੇ ਸੀ, ਅੱਜ ਕੱਲ੍ਹ ਨਹੀਂ ਇੰਨਾ ਪਸੰਦ ਕਰਦੇ ਤੇ, ਪਰ ਆਪਾਂ ਤੂਤ ਲਾਏ ਹੋਏ ਨੇ ਅਤੇ ਬੈਰੀਸ ਵੀ ਹੈ, ਲੈ ਕੇ ਜਾਂਦੇ ਹਾਂ ਅਸੀਂ ਤੋੜ ਕੇ, ਬਹੁਤ ਸਵਾਦ ਆਉਂਦੀਆਂ ਨੇ, ਪਹਿਲਾਂ ਬਹੁਤ ਖਾਂਦੇ ਹੁੰਦੇ ਸੀ, ਅੱਜ ਕੱਲ੍ਹ ਥੋੜ੍ਹਾ ਨਾ ਜ਼ਿਆਦਾ ਹੀ ਅਸੀਂ ਮਾਡਰਨ ਹੋ ਗਏ ਹਾਂ,
ਇਹਨਾਂ ਚੀਜ਼ਾਂ ਤੋਂ ਦੂਰ ਹੋ ਚੁੱਕੇ ਹਾਂ। ਅਤੇ ਚਲੋ ਅੱਗੇ ਸਪਰੇਅ ਦੀ ਗੱਲ ਕਰ ਲੈਂਦੇ ਹਾਂ। ਸਪਰੇਅ ਅਸੀਂ ਕਰ ਰਹੇ ਹਾਂ ਬਾਸਫ ਦੀ, ਇਹ ਹੈ ਐਮਾਮੈਕਟਿਨ ਬੈਂਜ਼ੋਏਟ। ਇਹ ਵੀ ਅਸੀਂ ਪੂਰੇ 1 ਏਕੜ ਦੇ ਵਿੱਚ 200 ਗ੍ਰਾਮ ਪਾ ਰਹੇ ਹਾਂ। ਅਤੇ ਅਗਲੀ ਹੈ ਸਾਡੀ ਲੈਮਡਾ, ਅਤੇ ਇਹ ਦੋਵੇਂ ਦਵਾਈਆਂ ਅਸੀਂ ਅਲੱਗ ਅਲੱਗ ਪਾਣੀ ਦਾ ਘੋਲ ਤਿਆਰ ਕਰਦੇ ਹਾਂ, ਫਿਰ ਇਸ ਨੂੰ ਪੰਪ ਦੇ ਵਿੱਚ ਮਿਕਸ ਕਰਕੇ ਅਤੇ ਫਿਰ ਛਿੜਕਾਅ ਕਰ ਰਹੇ ਹਾਂ। ਦੋਨੇ ਹੀ 200-200 ਗ੍ਰਾਮ ਪੈਂਦੀਆਂ ਨੇ 1 ਏਕੜ ਦੀਆਂ। ਵਧੀਆ ਰਿਜ਼ਲਟ ਨੇ, ਕੰਟਰੋਲ ਹੋ ਜਾਂਦੀਆਂ ਸੁੰਡੀਆਂ। ਅਤੇ ਬਾਕੀ ਇੰਨਾ ਕਿ ਦੋਵੇਂ ਸਪਰੇਅ ਕਰਨ ਤੋਂ ਬਾਅਦ ਦੇਖਦੇ ਹਾਂ, ਮੈਂ ਤੁਹਾਡੇ ਨਾਲ ਰਿਜ਼ਲਟ ਸ਼ੇਅਰ ਕਰ ਦਾਂਗੀ। ਬਾਕੀ ਆਪਾਂ ਫਿਰ ਮਿਲਦੇ ਹਾਂ।